ਅਸੀਂ ਕੈਪਟਨ ਮਨਿੰਦਰ ਸਿੰਘ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਸਾਨੂੰ ਵੀ ਪਤਾ ਸਾਡੀ ਜ਼ਿੰਦਗੀ ਬਹੁਤ ਕੀਮਤੀ ਆ, ਸਾਡੇ ਬੱਚਿਆਂ ਦੀ ਜ਼ਿੰਦਗੀ ਕੀਮਤੀ ਆ, ਅਸੀਂ ਘਰਾਂ 'ਚੋਂ ਨਹੀਂ ਨਿਕਲਦੇ ਗੇ, ਘਰਾਂ 'ਚੋਂ ਮਜਬੂਰੀ ਕਾਰਨ ਨਿਕਲਣਾ ਪੈਂਦਾ ਸਾਨੂੰ ਕਿ ਸਾਡੇ ਘਰਾਂ 'ਚ ਰਾਸ਼ਨ ਹੈ ਨਹੀਂ ਗਾ। ਆਹ ਦੇਖੋ ਨਿੱਕਾ ਜਿਹਾ ਬੱਚਾ 2 ਦਿਨ ਤੋਂ ਰੋਟੀ ਨਹੀਂ ਖਾਧੀ, ਇਹਨੇ ਜਿਹੜੇ ਸਾਡੇ ਡਾਂਗਾ ਮਾਰਨ ਨੂੰ ਖੜਾਏ ਉਹਨਾਂ ਦੀ ਡਿਊਟੀ ਲਾ ਦਿਓ। ਜੇ ਤੁਹਾਨੂੰ ਰਾਜ ਨਹੀਂ ਕਰਨਾ ਆਉਂਦਾ ਕੇਜਰੀਵਾਲ ਤੋਂ ਸਿੱਖ ਲਓ, ਉਹਨੇ ਵੀ ਤਾਂ ਟੀਮਾਂ ਬਣਾਈਆਂ ਹੀ ਆ। ਆਹ ਜਿਹੜੇ ਡਾਂਗਾ ਮਾਰ ਨੂੰ ਖੜਾਏ ਆ ਉਹਨੇ ਟੀਮਾਂ ਬਣਾ ਕੇ ਘਰਾਂ 'ਚ ਰਾਸ਼ਨ, ਘਰਾਂ 'ਚ ਸੈਨੀਟਾਈਜ਼ਰ, ਦਵਾਈਆਂ, ਘਰਾਂ 'ਚ ਸਪਰੇਹਾਂ ਕਰਨ ਭੇਜੇ ਆ, ਘਰਾਂ 'ਚ ਹੋਰ ਕੀ ਪੈਨਸ਼ਨਾਂ ਵੀ ਦੇ ਕੇ ਆਉਂਦੇ ਉਹ। ਅਸੀਂ ਤੋਂ ਪੈਨਸ਼ਨਾਂ ਨਹੀਂ ਮੰਗਦੇ, ਅਸੀਂ ਤੋਂ ਪੈਸੇ ਨਹੀਂ ਮੰਗਦੇ, ਪੈਸੇ ਸਾਥੋਂ ਲੈ ਜਾਓ, ਪਰ ਸਾਨੂੰ ਬੇਨਤੀ ਕਰਕੇ ਰਾਸ਼ਨ ਪਹੁੰਚਾ ਦਿਓ। ਇਹ ਟੀ ਵੀ 'ਤੇ ਗੱਲਾਂ ਕਰਨ ਨਾਲ ਸਾਡੇ ਢਿੱਡ ਨਹੀਂ ਭਰਨੇ। ਤੁਸੀਂ ਕਹਿੰਦੇ 1500 ਕਰੋੜ ਰੁਪਈਆ ਭੇਜਤਾ, ਤੁਸੀਂ ਕਹਿੰਦੇ ਘਰਾਂ 'ਚ ਰਾਸ਼ਨ ਭੇਜਾਂਗੇ, ਉਹ ਟੀ ਵੀ 'ਤੇ ਹੀ ਗੱਲਾਂ ਰਹਿ ਜਾਂਦੀਆਂ, ਸਾਡੇ ਕੋਲ ਤਾਂ ਕੁਛ ਆਇਆ ਨਾ। ਇਹ ਪਤਾ ਨਹੀਂ ਕਿ ਤੁਸੀਂ ਖਾਈ ਜਾਂਦੇ ਆ, ਇਹ ਪਤਾ ਨਹੀਂ ਕਿ ਤੁਹਾਡੇ ਥੱਲਿਓਂ ਖਾਈ ਜਾਂਦੇ ਆ, ਸਾਨੂੰ ਕੁਛ ਪਤਾ ਨਹੀਂ ਆ। ਸਾਡੀਆਂ ਗੱਲਾਂ ਨਾਲ ਢਿੱਡ ਨਹੀਂ ਭਰਨਾ ਗਾ, ਨਹੀਂ ਤਾਂ ਮਜਬੂਰਨ ਸਾਨੂੰ ਸੜਕਾਂ 'ਤੇ ਨਿਕਲਣਾ ਪਊਗਾ। ਬੇਨਤੀ ਕਰਦੇ ਹਾਂ ਕਿ ਸਾਡੇ ਘਰਾਂ 'ਚ ਰਾਸ਼ਨ ਪਹੁੰਚਾਓ। ਦੁਕਾਨਾਂ 'ਤੇ ਜਿਹੜੇ ਦੁਕਾਨਾਂ ਬੰਦ ਆ, ਜੇ ਅਸੀਂ MC ਨੂੰ ਜਾਂ ਕਿਸੇ ਨੂੰ ਫੋਨ ਕਰਦੇ ਉਹ ਕਹਿੰਦੇ ਤੁਸੀਂ ਭੁੱਖ ਨਾਲ ਨਹੀਂ ਮਰਦੇ, ਬਿਮਾਰੀ ਨਾਲ ਮਰੋਗੇ। ਦੱਸੋ ਬਿਮਾਰੀ, ਅਸੀਂ ਤਾਂ ਕਹਿੰਦੇ ਬਿਮਾਰੀ ਲੱਗ ਜਾਏ ਇਦੋਂ, ਜਦੋਂ ਭੁੱਖ ਸਾਡੇ ਤੋਂ ਬਰਦਾਸ਼ਤ ਨਹੀਂ ਹੋ ਰਹੀਗੀ, ਕਿੱਧਰ ਜਾਈਏ? ਅਸੀਂ ਭੁੱਖੇ ਮਰ ਜਾਂਗੇ, ਬੱਚਿਆਂ ਨੂੰ ਕਿੱਥੋਂ ਭੁੱਖੇ ਮਾਰ ਲਈਏ? ਇਹ ਬੇਨਤੀ ਆ ਸਾਡੀ, ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਛੇਤੀ ਤੋਂ ਛੇਤੀ ਇਹ ਵੀਡੀਓ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾਓ। ਡਿਪਟੀ ਸਾਹਿਬ ਆ ਦੇਖੋ ਤੁਹਾਡੇ ਦਿੱਤੇ ਹੋਏ ਫੁਲਕੇ ਆ, ਕਿੱਦਾਂ ਦੇ ਬੰਦੇ ਆ ਜਿਹੜੇ ਰਿਕਸ਼ਾ ਚਲਾਉਂਦੇ ਆ ਤੇ ਜਿਹਨਾਂ ਨੂੰ 2-2 ਦਿਨ ਹੋ ਗਏ ਜਿਹਨਾਂ ਨੇ ਰੋਟੀ ਨਹੀਂ ਖਾਧੀ, ਤੇ ਬਹੁਤ ਮਾੜੇ ਹਾਲਾਤ ਆ ਇਹਨਾਂ ਦੇ। ਦੇਖੋ ਤੁਸੀਂ ਵੀ ਇਹ ਬੰਦੇ ਰੋਂਦੇ ਆ ਵੀ ਏਦਾਂ ਦੇ ਬੰਦੇ ਆ ਗਿੱਦੜਵਾ ਦੇ ਵਿੱਚ, ਇੱਥੇ ਬੜਾ ਕੁਛ ਚੱਲੀ ਜਾਂਦਾ, ਧਾਰਮਿਕ ਸਥਾਨ ਚੱਲੀ ਜਾਂਦੇ ਆ, ਤੇ ਇਹਨਾਂ ਕੋਲੇ ਰੋਜੀ ਰੋਟੀ ਨਹੀਂ ਹੈਗੀ ਇਹਨਾਂ ਕੋਲੇ, ਤੇ 2-2 ਦਿਨਾਂ ਦੇ ਇਹ ਭੁੱਖੇ ਆ। ਸੋ ਇਹ DSP ਸਾਹਿਬ ਤੇ SHO ਦੀ ਸਾਹਿਬ ਦੀ ਬਦੌਲਤ ਵਿਚਾਰੇ ਕੋਈ ਰੋਟੀ ਖਾਣ ਲੱਗ ਗਏ, ਹੋਰ ਇਹਨਾਂ ਦੀ ਕੋਈ ਡਿਮਾਂਡ ਨਹੀਂ, ਕੋਈ ਹੋਰ ਨਹੀਂ। ਇਹ ਕਹਿੰਦੇ ਸਾਨੂੰ ਤਾਂ ਸਿਰਫ 2 ਟਾਈਮ ਦੀ ਰੋਟੀ ਦੇ ਦੇ ਪ੍ਰਸ਼ਾਸਨ, ਬਸ ਸਾਨੂੰ ਇੰਨਾ ਹੀ ਬਹੁਤ ਆ। ਤੇ ਹਾਲਾਤ ਦੇਖੋ ਕਿੱਡੇ ਮਾੜੇ ਹਾਲਾਤ ਹੈ, ਤੇ ਰੋਟੀ ਕਿਸ ਨਾਲ ਖਾਂਦੇ ਆ ਇਹ?